ਸਤਿਗੁਰ ਨੂੰ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ ਡਿੱਠੈ ਮੁਕਤ ਨਾ ਹੋਵੇ ਜਿੱਚਰ ਸ਼ਬਦ ਨਾ ਕਰੇ ਵਿਚਾਰ। ਗੁਰੂ ਕੀ ਪਿਆਰੀ ਸਾਧ ਸੰਗਤ ਜੀ, ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ ਮਨਪਸੰਦ ਪ੍ਰੋਗਰਾਮ ਸਾਂਝ ਵਿਚਾਰਾਂ ਦੀ। ਅਕਸਰ ਜਦੋਂ ਸਮਾਜ ਦੇ ਵਿੱਚ ਵਿਚਰਦਿਆਂ ਸਿੱਖ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਦੀ ਗੱਲ ਆਉਂਦੀ ਹੈ, ਸਾਡਾ ਫੋਕਸ ਸਾਡਾ ਕੇਂਦਰਿਤ ਕੇਵਲ ਅਤੇ ਕੇਵਲ ਉਹ ਪ੍ਰਚਾਰਕ ਨੇ ਜਿਨ੍ਹਾਂ ਨੇ ਵਡਮੁੱਲੀ ਜ਼ਿੰਮੇਵਾਰੀ ਆਪਣੇ ਮੋਢਿਆਂ 'ਤੇ ਲਿੱਤੀ ਹੈ। ਕਥਾਵਾਚਕ ਕਹਿ ਲੈਂਦੇ ਹਾਂ, ਵਿਰਾਗੀ ਸਿੰਘ ਕਹਿ ਲਓ, ਵਿਦਵਾਨ ਕਹਿ ਲਓ, ਸਕੋਲਰ ਕਹਿ ਲਓ, ਜਾਂ ਕੋਈ ਵੀ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਗੱਲ ਨੂੰ ਘਰ ਘਰ ਪਹੁੰਚਾਉਣਾ। ਜੀ ਹਾਂ, ਅੱਜ ਸਾਡੀ ਇਹ ਨਿਮਾਣੀ ਜੀ ਕੋਸ਼ਿਸ਼ ਪ੍ਰੋਗਰਾਮ ਸਾਂਝ ਵਿਚਾਰਾਂ ਦੇ ਜ਼ਰੀਏ ਅਸੀਂ ਜਿਸ ਸ਼ਖਸੀਅਤ ਨੂੰ ਅਤੇ ਜਿਹੜਾ ਵਿਸ਼ਾ ਤੁਹਾਡੇ ਰੂਬਰੂ ਕਰਨ ਜਾ ਰਹੇ ਹਾਂ, ਸਾਡੇ ਅਤੀ ਸਤਿਕਾਰਯੋਗ ਪੰਥ ਦੀ ਬੜੀ ਪਿਆਰੀ ਸ਼ਖਸੀਅਤ ਜੋ ਕਿ ਕਿਸੇ ਜਾਣ ਪਹਿਚਾਣ ਦੇ ਮੁਤਾਜ ਨਹੀਂ ਹਨ, ਸਾਡੇ ਅਤੀ ਸਤਿਕਾਰਯੋਗ ਵੀਰ ਭੁਪਿੰਦਰ ਸਿੰਘ ਜੀ, ਜੋ ਕਿ ਲੰਬੇ ਸਮੇਂ ਤੋਂ ਦਾ ਲਿਵਿੰਗ ਟੀਅਰ ਸੰਸਥਾ ਦੇ ਨਾਲ ਜੁੜ ਕੇ ਸੰਸਥਾ ਦਾ ਨਿਰਮਾਣ ਕਰਕੇ ਕੇਵਲ ਅਤੇ ਕੇਵਲ ਇੱਕੋ ਮੋਟਿਵ, ਇੱਕੋ ਆਸ ਅਤੇ ਇੱਕੋ ਭਾਵਨਾ, ਗੁਰ ਸ਼ਬਦ ਦੀ ਗੱਲ ਕਰ ਸਕੀਏ, ਗੁਰ ਸ਼ਬਦ ਨੂੰ ਘਰ ਘਰ ਪਹੁੰਚਾ ਸਕੀਏ। ਜਿੱਥੇ ਕਿਤੇ ਗੁਰੂ ਨਾਨਕ ਨਾਮ ਲਈ ਵਾਸਿਕ ਬੈਠੇ ਨੇ, ਗੁਰ ਸ਼ਬਦ ਵਿਚਾਰ ਪਹੁੰਚ ਜਾਵੇ, ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਅਸੀਂ ਆਪਣੀ ਜ਼ਿੰਦਗੀ 'ਚ ਕਿਵੇਂ ਅਪਣਾਉਣੀ ਹੈ, ਉਹਨੂੰ ਸਹੀ ਤਰੀਕੇ ਤਰ੍ਹਾਂ ਆਪਣੀ ਜ਼ਿੰਦਗੀ 'ਚ ਢਾਲ ਸਕੀਏ, ਬਾਣੀ ਨੂੰ ਅਤੇ ਬਾਣੀ ਅਨੁਸਾਰ ਅਸੀਂ ਆਪਣੇ ਜੀਵਨ ਨੂੰ ਗਾ ਸਕੀਏ। ਆਓ ਤੁਹਾਡੀ ਮੁਲਾਕਾਤ ਕਰਾਉਂਦੇ ਹਾਂ ਸਾਡੇ ਅਤੀ ਸਤਿਕਾਰਯੋਗ ਵੀਰ ਭੁਪਿੰਦਰ ਸਿੰਘ ਜੀ ਦੇ ਨਾਲ। ਮੈਂ ਜੀ ਸਵਾਗਤ ਕਰਦੇ ਹਾਂ ਜੀ। ਵਾਹਿਗੁਰੂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਜੀ ਲੰਬੇ ਸਮੇਂ ਤੋਂ ਵੇਖ ਰਹੇ ਹਾਂ ਦਾ ਲਿਵਿੰਗ ਟੀਅਰ ਜੋ ਸੰਸਥਾ ਦਾ ਨਿਰਮਾਣ ਕੀਤਾ ਸੀ, ਅੱਜ ਦੇਸ਼ਾਂ ਦੇ ਵਿੱਚ ਵੀ, ਵਿਦੇਸ਼ਾਂ ਦੇ ਵਿੱਚ ਵੀ, ਕਾਲਜਾਂ ਦੇ ਵਿੱਚ ਵੀ, ਸਕੂਲਾਂ ਦੇ ਵਿੱਚ ਵੀ, ਖਾਸ ਕਰਕੇ ਗੁਰੂ ਘਰਾਂ ਦੇ ਵਿੱਚ ਵੀ, ਇੱਕ ਸੰਸਥਾ ਦੇ ਰਾਹੀਂ ਗੁਰ ਸ਼ਬਦ ਦੀ ਗੱਲ ਬੜੇ ਸੋਹਣੇ ਢੰਗ ਨਾਲ ਕਰਦੇ ਹੋ, ਨਵੇਕਲੇ ਢੰਗ ਨਾਲ ਕਰਦੇ ਹੋ। ਮੈਂ ਥੋੜ੍ਹਾ ਜਿਹਾ ਪੁੱਛਣਾ ਚਾਹ ਰਿਹਾ ਤੁਹਾਨੂੰ, ਇਸ ਸੰਸਥਾ ਦਾ ਨਿਰਮਾਣ ਕਦੋਂ ਕੀਤਾ ਗਿਆ, ਕੀ ਭਾਵਨਾ ਸੀ, ਕੀ ਸੋਚ ਕੇ ਕੀਤਾ ਗਿਆ? ਕਿਉਂਕਿ ਸਿੱਖ ਧਰਮ ਦੇ ਵਿੱਚ ਪ੍ਰਚਾਰ ਅਤੇ ਪ੍ਰਸਾਰ ਵਾਸਤੇ ਬੜੀਆਂ ਸ਼੍ਰੇਣੀਆਂ ਨੇ, ਕਥਾਵਾਚਕ ਵੀ ਨੇ, ਢਾਡੀ ਸਿੰਘ ਵੀ ਨੇ, ਰਾਗੀ ਸਿੰਘ ਨੇ, ਕਵੀਸ਼ਰ ਨੇ, ਸਕੋਲਰ ਨੇ, ਵਿਦਵਾਨ ਨੇ, ਪਰੰਤੂ ਆਹ ਸੈਮੀਨਾਰ ਵਾਲੀ ਜਿਹੜੀ ਭਿੜ ਸੀਗੀ, ਇਹ ਕੀ ਸੱਚਮੁੱਚ ਪ੍ਰਚਾਰ ਅਤੇ ਪ੍ਰਸਾਰ ਨੂੰ ਸਾਰਥਕ ਸਿੱਧ ਹੁੰਦੀ ਹੈ? ਕੀ ਭਾਵਨਾ ਸੀ ਜਦੋਂ ਇਹ ਦਾ ਲਿਵਿੰਗ ਟੀਅਰ ਸੰਸਥਾ ਆਰੰਭ ਕੀਤੀ, ਕਦੋਂ ਕੀਤੀ ਗਈ? ਵੀਰ ਜੀ, ਦਰਅਸਲ ਸੰਸਥਾ ਦਾ ਨਿਰਮਾਣ ਨਹੀਂ ਕੀਤਾ, ਸਾਡੇ ਪ੍ਰੋਗਰਾਮ ਦਾ ਨਾਂ ਰੱਖਿਆ ਗਿਆ ਸੀ ਜੀਵਨ ਜਾਚ ਦਾ ਖਜ਼ਾਨਾ। ਕੀ ਬਾਤ ਹੈ, ਬਹੁਤ ਖੂਬ। ਤਾਂ ਇੰਗਲਿਸ਼ ਵਿੱਚ ਉਹਨੂੰ ਕਹਿਣਾ ਸ਼ੁਰੂ ਕੀਤਾ ਸੀ ਦਾ ਲਿਵਿੰਗ ਟ੍ਰੈਜਰ, ਅਤੇ ਜਦੋਂ ਖਿਆਲ ਆਇਆ ਕਿ ਲਿਵਿੰਗ ਟ੍ਰੈਜਰ ਦੀ ਵੈਬਸਾਈਟ ਹੋਣੀ ਚਾਹੀਦੀ ਹੈ, ਤਾਂ ਫਿਰ ਦਾ ਲਿਵਿੰਗ ਟ੍ਰੈਜਰ .org ਉਹਦਾ ਨਾਂ ਰੱਖਣਾ ਪੈ ਗਿਆ ਜੀ। ਔਰਗ ਮਤਲਬ ਔਰਗਨਾਈਜੇਸ਼ਨ, ਔਰਗਨਾਈਜੇਸ਼ਨ, ਤਾਂ ਫਿਰ ਉਹ ਸੰਸਥਾ ਬਣ ਗਈ, ਬਣ ਗਈ ਸੰਸਥਾ, ਬਿਲਕੁਲ। ਸੋ ਸੰਸਥਾਵਾਂ ਤਾਂ ਬਹੁਤ ਨੇ, ਮੈਨੂੰ ਇੰਝ ਸਮਝ ਆਉਂਦਾ ਕਿ ਇਹ ਸੰਸਥਾ ਨਹੀਂ ਹੈ। ਦੁਨੀਆ ਦਾ ਕੋਈ ਵੀ ਮਨੁੱਖ ਜੋ ਸਰਬ ਧਰਮ ਹੈ, ਸ੍ਰੇਸ਼ਟ ਧਰਮ ਵਾਲੇ, ਨਿਰਮਲ ਕਰਮਾਂ ਵਾਲੇ ਮਾਰਗ 'ਤੇ ਟੁਰਨਾ ਚਾਹੁੰਦਾ ਹੈ ਨਾ ਜੀ, ਕੋਈ ਵੀ ਕਿਸੇ ਵੀ ਸਟੇਟਸ ਦਾ, ਕਿਸੇ ਵੀ ਜੈਂਡਰ ਦਾ ਮਨੁੱਖ ਸਾਰੀ ਦੁਨੀਆ 'ਚ ਜੀ, ਜਦੋਂ ਨਿਰਮਲ ਕਰਮਾਂ ਦੇ, ਜਿਸ ਨੂੰ ਅਸੀਂ ਕਹਿ ਸਕਦੇ ਹਾਂ ਆਈਡੀਅਲ ਪਾਥ 'ਤੇ, ਬਿਲਕੁਲ, ਟੁਰਨਾ ਚਾਹੁੰਦਾ ਹੈ, ਤਾਂ ਉਹ ਜਿਹੜੀ ਜੀਵਨ ਜਾਚ ਹੈ ਨਾ, ਉਹ ਉਸ 'ਤੇ ਮੈਂਬਰ ਹੋ ਗਿਆ, ਉਸ ਦਾ ਪਾਂਧੀ ਬਣ ਗਿਆ, ਬਣ ਗਿਆ। ਕਿਆ ਬਾਤ ਹੈ। ਇਹ ਸੋਚ ਕੇ ਉਹ ਪ੍ਰੋਗਰਾਮ ਸ਼ੁਰੂ ਕੀਤਾ ਸੀ, ਲੇਕਿਨ ਪ੍ਰੋਗਰਾਮ ਵਿੱਚ ਇਹ ਟੋਪ ਮੋਸਟ ਪ੍ਰਿਓਰਿਟੀ ਸੀ ਕਿ ਅਸੀਂ ਉਹਨੂੰ ਕਾਫੀ ਸਮਾਂ ਲਗਾ ਕੇ, ਮੈਨੀ ਆਵਰਸ ਦੇ ਨਾਲ, ਇੱਕ ਇੱਕ ਪੱਖ ਨੂੰ ਉਹਦੇ ਸਮਝਣਾ ਹੈ।
ਜੇ ਮੰਨ ਲਿਆ ਅਸੀਂ ਅੱਜ ਡੇ ਟੂ ਡੇ ਰੂਟੀਨ ਅੰਦਰ ਹਰ ਕਿਸੇ ਨੂੰ ਟੈਨਸ਼ਨ ਹੈ, ਸਟ੍ਰੈਸ ਹੈ, ਤਾਂ ਅਸੀਂ ਟੌਪਿਕ ਦਾ ਨਾਂ ਰੱਖ ਲਿਆ ਸਟ੍ਰੈਸ, ਤਣਾਅ ਰੱਖ ਲਿਆ, ਤਾਂ ਅਸੀਂ ਹੁਣ ਮੈਨੂੰ ਸਟ੍ਰੈਸ ਕਿਉਂ ਹੁੰਦਾ ਹੈ, ਮੈਨੂੰ ਚਿੰਤਾ ਕਿਉਂ ਹੁੰਦੀ ਹੈ, ਮੈਨੂੰ ਤੌਖਲਾ ਫਿਕਰ ਖਟਕਾ ਡਰ ਕਿਉਂ ਆਉਂਦਾ ਹੈ, ਇਸ ਤਰੀਕੇ ਦੇ ਨਾਲ ਅਸੀਂ ਗੁਰਬਾਣੀ 'ਚੋਂ ਉਸ ਟੌਪਿਕ ਦੇ ਮੁਤਾਬਕ ਇੱਕ ਸ਼ਬਦ ਚੁਣਿਆ ਜੀ, ਔਰ ਸ਼ਬਦ ਦੇ ਵਿੱਚੋਂ ਸਿਮਟਮਸ ਲੱਭਣੇ ਸ਼ੁਰੂ ਕੀਤੇ ਮੇਰੇ ਨਾਲ ਰਿਲੇਟ ਕਰਕੇ, ਕਿ ਸ਼ਬਦ ਇਹ ਦੱਸਦਾ ਜੇ ਤੁਸੀਂ ਸਟ੍ਰੈਸ 'ਚ ਹੋ, ਤਣਾਅ ਵਿੱਚ ਹੋ, ਚਿੰਤਾਗ੍ਰਸਤ ਹੋ, ਤਾਂ ਸ਼ਬਦ ਇਹ ਦੱਸਦਾ ਕਿ ਤੁਹਾਨੂੰ ਕਿਹੜੇ ਕਿਹੜੇ ਰੋਗ ਸਤਾ ਰਹੇ ਨੇ। ਬਿਲਕੁਲ, ਅਕਸਰ ਜਦੋਂ ਗੁਰਬਾਣੀ ਪੜ੍ਹਦੇ ਹਾਂ ਇੱਕ ਇਹ ਵੀ ਕਿਹਾ ਜਾਂਦਾ ਹੈ ਗੁਰਬਾਣੀ ਦੇ ਅਰਥ ਕਰਨ ਵਾਲਿਆਂ ਵੱਲੋਂ ਕਿ ਜਨਮ ਤੋਂ ਲੈ ਕੇ ਅਖੀਰਲੇ ਸਵਾਸ ਤੱਕ ਜ਼ਿੰਦਗੀ ਦੇ ਵਿੱਚ ਭਾਵੇਂ ਕੋਈ ਸਰੀਰਕ ਰੋਗ ਹੈ ਭਾਵੇਂ ਕੋਈ ਮਾਨਸਿਕ ਰੋਗ ਹੈ, ਕਿਸੇ ਪੱਖੋਂ ਇਨਸਾਨ ਦੁਖੀ ਹੈ ਅਤੇ ਉਹਦਾ ਹੱਲ ਗੁਰਬਾਣੀ ਕਰਦੀ ਹੈ। ਸਾਡੀ ਜ਼ਿੰਦਗੀ ਦੇ ਸਵਾਲ ਖਤਮ ਹੋ ਸਕਦੇ ਨੇ ਪਰ ਗੁਰਬਾਣੀ ਦੇ ਜਵਾਬ ਕਦੇ ਖਤਮ ਨਹੀਂ ਹੋਣਗੇ। ਬੜਾ ਸੋਹਣਾ ਤੁਸੀਂ ਨਾਮ ਰੱਖਿਆ ਜੀਵਨ ਜਾਂਚ ਦਾ ਖਜ਼ਾਨਾ, ਜਾਂ ਜਿਹੜੀ ਤੁਸੀਂ ORG ਸ਼ੁਰੂ ਕੀਤੀ ਦ ਲਿਵਿੰਗ ਟ੍ਰੈਜ਼ਰ, ਕਦੋਂ ਆਰੰਭ ਹੋਈ ਅਤੇ ਜਦੋਂ ਆਰੰਭ ਕੀਤੀ ਸੀ ਉਦੋਂ ਭਾਵਨਾ ਕੀ ਸੀ? ਹਾਂਜੀ, ਇਹੀ ਮੈਂ ਗੱਲ ਦੁਬਾਰਾ ਉਸਦਾ ਲਿੰਕ ਜੋੜਦਾ ਕਿ ਜਦੋਂ ਸ਼ਬਦ 'ਚੋਂ ਅਸੀਂ ਆਪਣੇ ਨਾਲ ਰਿਲੇਟ ਕਰਕੇ ਆਪਣੇ ਅੰਦਰ ਦੇ ਰੋਗਾਂ ਬਾਰੇ ਪਛਾਣ ਕਰ ਸਕਾਂਗੇ, ਤਾਂ ਉਹੀ ਉਹ ਸ਼ਬਦ ਸਾਨੂੰ ਉਸ ਰੋਗ ਤੋਂ ਮੁਕਤ ਹੋਣ ਦਾ ਤਰੀਕਾ ਵੀ ਦੱਸਦਾ। ਬਹੁਤ ਖੂਬ, ਬਿਲਕੁਲ, ਹੈ ਨਾ। ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵ ਹੈ, ਕਾਟੈ ਜੰਮ ਕੀ ਫੰਦਾ। ਉਹ ਜੰਮ ਕੀ ਹੈ? ਮਰਨ ਤੋਂ ਬਾਅਦ ਨਹੀਂ, ਜੀਂਦੇ ਜੀ ਮੈਨੂੰ ਮੇਰੇ ਕਿਹੜੇ ਅਵਗੁਣਾਂ ਦੇ ਕਾਰਨ ਜੰਮ ਚੰਬੜਿਆ ਹੋਇਆ। ਈਚ ਅਵਗੁਣ ਇਜ਼ ਜੰਮ, ਹੈ ਨਾ। ਹਰ ਮੇਰਾ ਜਿਹੜਾ ਮੰਦਾ ਖਿਆਲ ਆ ਉਹ ਮੇਰਾ ਜੰਮ ਹੀ ਹੈ। ਵਿਕਾਰ ਵੀ ਜੰਮ ਨੇ, ਉਹਨੂੰ ਹੀ ਅਸੀਂ ਵਿਕਾਰ ਨੂੰ ਹੀ ਉਹ ਕਹਿੰਦੇ। ਨਾਨਕ ਅਵਗੁਣ ਜੇਤੜੇ ਤੇਤੇ ਗੱਲੀ ਜੰਜੀਰ, ਮੇਰੇ ਵਾਸਤੇ ਜ਼ੰਜੀਰ ਬਣੇ ਹੋਏ ਨੇ। ਇਹਨਾਂ ਤੋਂ ਮੁਕਤ ਕਿਵੇਂ ਹੋਣਾ? ਇਸ ਕਰਕੇ ਉਸ ਸ਼ਬਦ ਦੇ ਬਾਰੇ ਬਹੁਤ ਸਮਾਂ ਲਗਾ ਕੇ ਜਿਹੜੇ ਸਾਡੇ ਗੁਰਦੁਆਰਾ ਪ੍ਰੋਗਰਾਮਸ ਨੇ ਉਹਨਾਂ ਦੇ ਵਿਚਕਾਰ ਉਹਦਾ ਉਤਨਾ ਸਮਾਂ ਨਹੀਂ ਮਿਲਦਾ ਜਿੰਨਾ ਸੈਮੀਨਾਰ 'ਚ ਮਿਲ ਜਾਂਦਾ। ਇਸ ਕਰਕੇ ਸੈਮੀਨਾਰ ਸ਼ੁਰੂ ਕੀਤਾ ਵੀ ਸੰਗਤਾਂ ਆ ਕੇ ਬੈਠਣ ਔਰ ਉਹਦੀ ਡਿਟੇਲ ਵਿਚਾਰ ਕੀਤੀ ਜਾਏ। ਜਿਵੇਂ ਸਾਡਾ ਇੱਕ ਪਹਿਲਾ ਸੈਮੀਨਾਰ ਸੀ, ਅਸੀਂ 4 ਲਾਵਾਂ ਨੂੰ 9-9 ਘੰਟੇ ਲਗਾ ਕੇ 4 ਦਿਨਾਂ 'ਚ ਸਮਝਣ ਦਾ ਯਤਨ ਕੀਤਾ। ਦ ਲਿਵਿੰਗ ਟ੍ਰੈਜ਼ਰ ਵੱਲੋਂ ਪਹਿਲਾ ਸੈਮੀਨਾਰ ਲਾਵਾਂ 'ਤੇ ਕੀਤਾ ਗਿਆ। ਹਾਂਜੀ, 4 ਘੰਟੇ। ਕੀ ਬਾਤ! ਉਹ 4 ਲਾਵਾਂ, 1 ਲਾਮ 1 ਦਿਨ, 9 ਘੰਟੇ। ਸੋ 9 × 4 36 ਘੰਟਿਆਂ ਵਿੱਚ ਅਸੀਂ ਇੱਕ ਇੱਕ ਪੰਕਤੀ ਨੂੰ ਮੇਰੇ 'ਤੇ ਟੁਕਾ ਕੇ, ਭਾਵੇਂ ਦੁਨੀਆ ਦਾ ਕੋਈ ਵੀ ਮਨੁੱਖ ਉਹ ਵਿਆਹਿਆ ਹੋਇਆ ਕਿ ਨਹੀਂ, ਨੌਜਵਾਨ ਹੈ ਜਾਂ ਇਕੱਲਾ ਹੈ ਜਾਂ ਬਜ਼ੁਰਗ ਹੋ ਚੁੱਕਾ ਹੈ, ਉਹਦਾ ਪਾਰਟਨਰ ਹੈ ਜਾਂ ਨਹੀਂ ਹੈ, ਸਾਰੀ ਉਮਰ ਮੈਂ ਉਹ ਲਾਵਾਂ ਦੇ ਮੁਤਾਬਕ ਪਹਿਲੀ ਲਾਂਭ ਤੋਂ ਚੌਥੀ ਲਾਂਭ ਤੱਕ ਵਾਲਾ ਬੈਰਾਗੀਆ ਬਲਰਾਮ ਜੀ ਵਾਲਾ ਜੀਵਨ ਮੈਂ ਕਿਵੇਂ ਜੀਣਾ, ਮੇਰੇ ਅੰਦਰੋਂ ਕਿਸ ਤਰ੍ਹਾਂ ਸੰਤੋਖ ਉਪਜੇ ਤਾਂ ਕਿ ਮੈਂ ਨਿਰੰਤਰ ਸੱਚ ਨਾਲ ਵਿਆਹ ਆਪਣਾ ਸਸਟੇਨ ਕਰ ਸਕਾਂ। ਬਿਲਕੁਲ, ਹੈ। ਅਕਸਰ ਇਹ ਵੀ ਵੇਖਿਆ ਜਾਂਦਾ ਵੀ ਜੀ ਜਦੋਂ ਅਸੀਂ ਕਿਸੇ ਵਿਦਵਾਨਾਂ ਨੂੰ ਜਾਂ ਕਿਸੇ ਪ੍ਰਚਾਰਕਾਂ ਨੂੰ ਸੁਣਦੇ ਹਾਂ, ਗੁਰਬਾਣੀ ਦੀ ਇੱਕ ਪੰਕਤੀ ਖੋਲ੍ਹਣ ਵਾਸਤੇ ਉਹ ਦੂਜੇ ਗ੍ਰੰਥਾਂ ਦਾ ਆਸਰਾ ਲੈਂਦੇ ਨੇ। ਇਸ ਪੰਕਤੀ ਦੇ ਅਨੁਸਾਰ ਉਸ ਗ੍ਰੰਥ ਵਿੱਚ ਕੀ ਲਿਖਿਆ, ਉਸ ਗ੍ਰੰਥ ਵਿੱਚ ਕੀ ਲਿਖਿਆ, ਪਰੰਤੂ ਜਦੋਂ ਤੁਹਾਡੇ ਵੱਲੋਂ ਜਿਸ ਸ਼ਬਦ ਦੇ ਅਰਥ ਕੀਤੇ ਜਾਂਦੇ ਨੇ ਬੜੀ ਹੈਰਾਨਗੀ ਹੁੰਦੀ ਹੈ
ਗੁਰਬਾਣੀ ਦੀ ਇੱਕ ਪੰਕਤੀ ਖੋਲ੍ਹਣ ਵਾਸਤੇ ਤੁਸੀਂ ਗੁਰਬਾਣੀ ਦਾ ਹੀ ਦੂਜੀ ਪੰਕਤੀ ਦਾ ਆਸਰਾ ਲੈਂਦੇ ਹੋ, ਕਿਸੇ ਹੋਰ ਗ੍ਰੰਥਾਂ ਵੱਲ ਤੁਸੀਂ ਜਾਂਦੇ ਨਹੀਂ, ਕਿਸੇ ਹੋਰ ਗ੍ਰੰਥਾਂ ਦੀ ਕੋਈ ਕੋਟੇਸ਼ਨ ਨਹੀਂ ਦਿੰਦੇ, ਕਿੰਨੀ ਡੀਪਲੀ ਸਟੱਡੀ ਕਰਦੇ ਹੋ ਇੱਥੋਂ ਪਤਾ ਲੱਗ ਜਾਂਦਾ ਹੁੰਦਾ। ਇਹ ਵੀ ਮੈਂ ਪੁੱਛਣਾ ਚਾਹਾਂਗਾ, ਇੱਕ ਸ਼ਬਦ ਵਾਸਤੇ ਜਿਵੇਂ ਤੁਸੀਂ ਆਖਿਆ ਲਾਵਾਂ ਦੀਆਂ ਚਾਰ ਲਾਵਾਂ ਦਾ ਕਰਨ ਵਾਸਤੇ ਸਾਨੂੰ 36 ਘੰਟੇ ਲੱਗ ਗਏ ਵਿਚਾਰ ਕਰਨ ਵਾਸਤੇ, ਕੋਈ ਟੀਮ ਬਕਾਇਦਾ ਤੁਹਾਡੀ ਸੱਸ ਬੋਲਦਾ ਨੇ ਤੁਹਾਡੇ ਕੋਲ, ਜਾਂ ਪਿੱਛੇ ਜਿਹੜਾ ਬੈਠੇ ਹੋਮਵਰਕ ਕਰਦੇ ਵੀ ਸੰਗਤ ਦੇ ਸਾਹਮਣੇ ਸ਼ਬਦ ਰੱਖਣਾ, ਇਹ ਸ਼ਬਦ ਦੇ ਆਹ ਅਰਥ ਸੰਗਤ ਦੇ ਰੂਪ ਕੀਤੇ ਜਾਣਗੇ, ਕਿੰਨਾ ਕੁ ਸਮਾਂ ਸਟੱਡੀ ਇੱਕ ਸ਼ਬਦ ਨੂੰ ਕਰਦੇ ਹੋ? ਦੇਖੋ, ਅਸੀਂ ਜਿੰਨਾ ਸਮਾਂ ਲਗਾਈਏ ਘੱਟ ਹੈ, ਪਰ ਵਿਚਾਰ ਸਾਂਝ ਕਰਨ ਤੋਂ ਪਹਿਲਾਂ ਜਿਹੜੇ ਲਿਵਿੰਗ ਟ੍ਰੈਜਰ ਦੇ ਅੰਦਰ ਸ਼ੁਰੂ ਤੋਂ ਹੀ ਮੈਂਬਰ ਆਉਣੇ ਸ਼ੁਰੂ ਹੋਏ ਜੀ ਅੱਜ ਤੱਕ, ਮਤਲਬ ਇਹ ਵਨ ਮੈਨ ਸ਼ੋ ਨਹੀਂ ਹੈ ਕਿ ਭੁਪਿੰਦਰ ਸਿੰਘ ਨੂੰ ਅਚਾਨਕ ਖਿਆਲ ਆਇਆ ਤਾਂ ਉਹ ਆਪਣੀ ਮਰਜ਼ੀ ਨਾਲ ਬੋਲੀ ਜਾ ਰਿਹਾ। ਇੱਕ ਕਾਫਲਾ, ਇੱਕ ਪਰਿਵਾਰ ਹੈ, ਪੂਰਾ ਪਰਿਵਾਰ ਹੈ। ਜੇ ਮੈਂ ਅਮੈਰੀਕਾ ਹਾਂ ਤਾਂ ਮੇਰੇ ਘਰ ਦੇ ਮੈਂਬਰਸ, ਮੇਰੇ ਪੇਰੈਂਟਸ ਤੋਂ ਲੈ ਕੇ ਮੇਰੇ ਪਰਿਵਾਰ ਦੇ ਸਾਰੇ ਮੈਂਬਰਸ ਤੋਂ ਲੈ ਕੇ ਮੇਰੇ ਭਰਾ ਭਰਜਾਈ ਤੋਂ ਲੈ ਕੇ ਭੈਣਾਂ ਤੋਂ ਲੈ ਕੇ ਪਤਨੀ ਤੋਂ ਲੈ ਕੇ ਬੱਚਿਆਂ ਤੋਂ ਲੈ ਕੇ, ਉਹਨਾਂ ਸਾਰਿਆਂ ਤੋਂ ਇਲਾਵਾ ਲਿਵਿੰਗ ਟ੍ਰੈਜਰ ਦੇ ਮੈਂਬਰ ਅਮੈਰੀਕਾ ਵੀ ਨੇ, ਉਹਨਾਂ ਸਾਰਿਆਂ ਨਾਲ ਵੀ ਮੈਂ ਸਾਂਝ ਕਰਦਾ। ਫਿਰ ਜਿਹੜੇ ਲੋਕ ਗੁਰਬਾਣੀ ਪੜ੍ਹਦੇ ਨੇ, ਖੋਜ ਕਰਦੇ ਨੇ, ਉਹਨਾਂ ਨੂੰ ਫੋਨ ਕਰਦੇ ਹਾਂ ਕਿ ਇਹ ਵਾਲਾ ਟੋਪਿਕ, ਇਹ ਵਾਲੀ ਪੰਕਤੀ, ਇਹ ਵਾਲੀ ਟਰਮ ਸਾਨੂੰ ਇਹਦੇ 'ਚੋਂ ਇਹ ਨਜ਼ਰ ਆ ਰਿਹਾ। ਇਸ ਤੋਂ ਇਲਾਵਾ ਇੰਡੀਆ ਆ ਕੇ ਸਾਡੇ ਲਿਵਿੰਗ ਟ੍ਰੈਜਰ ਦੇ ਜਿੰਨੇ ਸਾਰੇ ਮੈਂਬਰਸ ਨੇ, ਉਹ ਸਾਰੇ ਇਕੱਠੇ ਬੈਠਦੇ ਨੇ, ਉਹ ਸਾਰੇ ਬੈਠਦੇ ਆ, ਉਹ ਉਸੀ ਦੇ ਹਿਸਾਬ ਦੇ ਨਾਲ ਸਾਡੀ ਜੀਵਨ ਜਾਂਚ ਦਾ ਖਜ਼ਾਨਾ ਵਾਲਿਊਮ 1, 2, 3, 4 ਪੁਸਤਕਾਂ ਬਣ ਚੁੱਕੀਆਂ, ਜਿਹਦੇ ਵਿਚਕਾਰ ਅਸੀਂ ਸ਼ਬਦਾਂ ਦੇ ਅਰਥ ਸਾਂਝ ਕਰਦੇ ਹਾਂ। ਓਕੇ, ਇਸ ਤਰੀਕੇ ਦੇ ਨਾਲ ਉਹ ਸਾਂਝ ਕਰਕੇ ਟੋਪਿਕ ਡਿਸਕਸ ਕਰਦੇ ਹਾਂ। ਅਕਸਰ ਵੀ ਜੇ ਇਹ ਵੇਖਿਆ ਜਾਂਦਾ ਜਦੋਂ ਕਿਸੇ ਸੰਸਥਾ ਦਾ ਨਿਰਮਾਣ ਹੋ ਜਾਂਦਾ, ਸੰਸਥਾ ਦਾ ਪ੍ਰਚਾਰ ਹੋਣਾ ਸ਼ੁਰੂ ਹੋ ਜਾਂਦਾ, ਜਿਵੇਂ ਤੁਸੀਂ ਆਖਿਆ ਸਾਡੇ ਪਰਿਵਾਰ ਅਮੈਰੀਕਾ ਵਿੱਚ ਵੀ ਬੈਠੇ ਨੇ, ਵੱਖ ਵੱਖ ਦੇਸ਼ਾਂ ਦੀ ਤੁਹਾਡੀ ਟੀਮਾਂ ਬੈਠੀਆਂ ਨੇ, ਖਾਸ ਕਰਕੇ ਜੇਕਰ ਇੰਡੀਆ ਦੀ ਗੱਲ ਕੀਤੀ ਜਾਵੇ ਜਿੱਥੇ ਕਿਹਾ ਜਾਂਦਾ ਕਿ ਸਿੱਖ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਦੀ ਹਰ ਪਾਸੇ ਲੋੜ ਹੈ, ਗੁਰੂ ਗ੍ਰੰਥ ਸਾਹਿਬ ਦੇ ਵਿਚਾਰਧਾਰਾ ਦੀ ਗੱਲ ਹਰ ਦੁਨੀਆ ਦੇ ਕੋਨੇ ਤੱਕ ਜਾਣੀ ਚਾਹੀਦੀ ਹੈ, ਇੰਡੀਆ ਦੀ ਜੇਕਰ ਗੱਲ ਕੀਤੀ ਜਾਵੇ ਇੱਥੇ ਇੱਕ ਨਹੀਂ ਅਨੇਕਾਂ ਜਥੇਬੰਦੀਆਂ ਨੇ, ਅਨੇਕਾਂ ਸੰਸਥਾਵਾਂ ਨੇ ਜੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਗੱਲ ਕਰਦੀਆਂ ਨੇ, ਵਿਚਾਰਧਾਰਾ ਦੀ ਗੱਲ ਕਰਦੀਆਂ ਨੇ, ਦ ਲਿਵਿੰਗ ਟ੍ਰੈਜਰ ਉਹਨਾਂ ਨਾਲੋਂ ਕਿਵੇਂ ਵੱਖਰਾ? ਲਿਵਿੰਗ ਟ੍ਰੈਜਰ ਕਿਸੇ ਵੀ ਪੱਖੋਂ ਕਿਸੇ ਨਾਲੋਂ ਕੋਈ ਵੱਖਰਾ ਨਹੀਂ ਹੈ। ਜਿਹੜਾ ਤੁਹਾਡਾ ਪਹਿਲਾ ਸਵਾਲ ਸੀ ਉਹਦਾ ਮੈਂ ਉੱਤਰ ਨਹੀਂ ਦੇ ਸਕਿਆ ਕਿ ਅਸੀਂ ਗੁਰਬਾਣੀ ਤੋਂ ਇਲਾਵਾ ਹੋਰ ਕੋਈ ਗ੍ਰੰਥ ਜਾਂ ਬੁੱਕਸ ਨੂੰ ਕੋਟ ਕਿਉਂ ਨਹੀਂ ਕਰਦੇ। ਉਹ ਮੇਰੀ ਕਮਜ਼ੋਰੀ ਹੈ, ਉਹ ਮੇਰੀ ਲੈਕ ਆਫ ਨੌਲੇਜ ਹੈ ਕਿ ਮੈਨੂੰ ਬਾਕੀ ਹੋਰਾਂ ਦੇ ਬਾਰੇ ਸਮਝ ਨਹੀਂ ਹੈ। ਪਰ ਮੈਂ ਇੱਕ ਨਿੱਕੇ ਜਿਹੇ ਬੱਚੇ ਵਾਂਗੂ ਕੋਸ਼ਿਸ਼ ਕਰਦਾ ਵੀ ਕਮ ਅਜ਼ ਕਮ ਮੇਰੇ ਘਰ ਗੁਰਬਾਣੀ ਹੈ, ਮੈਂ ਪਹਿਲਾਂ ਇਹਨੂੰ ਪੜ੍ਹ ਕੇ ਇਹਦੇ 'ਚੋਂ ਤਾਂ ਸਮਝਾਂ ਵੀ ਇਹਦੇ 'ਚ ਅੰਨੇ ਦੀ ਕੀ ਡੈਫੀਨੇਸ਼ਨ ਹੈ, ਇਹਦੇ ਵਿੱਚ ਸਿਆਣੇ ਦੀ ਕੀ ਡੈਫੀਨੇਸ਼ਨ ਹੈ, ਇਹਦੇ 'ਚ ਇਆਣੇ ਦੀ ਕੀ ਡੈਫੀਨੇਸ਼ਨ ਹੈ। ਜੇ ਗੁਰੂ ਸਾਹਿਬ ਮੈਨੂੰ ਮੇਰੀ ਬਾਣੀ 'ਚੋਂ ਹੀ ਮੈਨੂੰ ਦੱਸ ਰਹੇ ਨੇ ਕਿ ਜਿਹੜੇ ਨਿੱਕੀ ਉਮਰ ਦੇ ਬੱਚੇ ਹੁੰਦੇ ਨੇ ਉਹਨਾਂ ਨੂੰ ਇਆਣਾ ਨਹੀਂ ਕਹਿੰਦੇ, ਨਹੀਂ ਕਹਿੰਦੇ, ਜਿਹਨੇ ਸਤਿਗੁਰ ਦੀ ਮੱਤ ਨਹੀਂ ਲਈ ਹੈ ਗੁਰ ਕੀ ਮੱਤ ਤੂੰ ਲੈ ਇਆਣੇ, ਤਾਂ ਮੈਨੂੰ ਸਮਝ ਆਇਆ ਕਿ ਭਾਵੇਂ 90 ਸਾਲ ਦਾ ਹੋ ਜਾਏ ਜੇ ਗੁਰੂ ਦੀ ਮੱਤ ਨਹੀਂ ਲਈ ਹੈ ਤਾਂ ਉਹ ਇਆਣਾ। ਸੋ ਮੈਨੂੰ ਇਆਣੇ ਦੀ ਗੱਲ ਗੁਰਬਾਣੀ 'ਚੋਂ ਸਮਝ ਆਈ, ਪਰ ਜੇ ਬਾਣੀ 'ਚ ਆ ਜਾਏਗਾ ਸੋ ਹੀ ਸਿਆਣਾ ਸੋ ਪਤਵੰਤਾ, ਹੁਕਮ ਲੱਗਿਆ ਜਿਸ ਮੀਠਾ ਜੀਓ ਉਹ ਸਿਆਣਾ। ਜੇ ਕੋਈ ਕਹੇ ਮੇਰੇ ਵਾਲ ਚਿੱਟੇ ਹੋ ਗਏ ਨੇ, ਮੇਰੀ ਉਮਰ ਵੱਡੀ ਹੋ ਗਈ ਹੈ, ਮੈਨੂੰ ਇੰਨੀ ਦੁਨੀਆ ਦੀ ਨੌਲੇਜ ਹੈ, ਫਲਾਣੀ ਚੀਜ਼ ਮੈਂ ਜਾਣਦਾ, ਫਲਾਣੀ ਜਾਣਦਾ, ਫਲਾਣੀ ਜਾਣਦਾ, ਉਹ ਆਪਣੀ ਨੌਲੇਜ ਦਾ ਪ੍ਰਗਟਾਵਾ ਕਰ ਸਕਦਾ ਪਰ ਉਹ ਸਿਆਣਾ ਨਹੀਂ ਹੈ। ਐਸ ਪਰ ਗੁਰਬਾਣੀ ਪਰ ਮੈਂ ਤਾਂ ਨਹੀਂ ਕਿਸੇ ਨੂੰ ਕਹਿ ਸਕਦਾ ਮੈਨੂੰ ਸਮਝ ਆਇਆ ਮੈਂ ਸਿਆਣਾ ਨਹੀਂ ਹਾਂ, ਮੈਨੂੰ ਇੰਜੀਨੀਅਰਿੰਗ ਦੇ ਬਾਰੇ ਪਤਾ, ਸਾਇੰਸ ਬਾਰੇ ਵੀ ਪਤਾ, ਪੋਲੀਟਿਕਸ ਬਾਰੇ ਵੀ ਪਤਾ, ਜੀਓਗ੍ਰਾਫੀ ਬਾਰੇ, ਇਹ ਤਾਂ ਸਾਰਾ ਮੇਰਾ ਪ੍ਰਗਟਾਵਾ ਹੀ ਹੈ, ਪਰ ਗੁਰਬਾਣੀ ਅਨੁਸਾਰ ਮੈਂ ਸਿਆਣਾ ਨਹੀਂ ਹਾਂ।
ਇਹਦਾ ਮਤਲਬ ਇਹ ਹੋਇਆ ਕਿ ਮੈਂ ਹੁਣੇ ਤਾਂ ਮੈਂ ਹੋਰਾਂ ਦੇ ਨਾਲ ਕੰਪੇਅਰ ਕਰਕੇ ਸਮਝ ਹੀ ਨਹੀਂ ਪਾਉਣ ਦਾ ਵਕਤ ਮੈਨੂੰ ਮਿਲ ਰਿਹਾ। ਦਰਅਸਲ ਤਾਂ ਮੈਂ ਸਮਝ ਰਿਹਾ ਗੁਰਬਾਣੀ ਜਿਹੜੀ ਮੇਰੇ ਘਰ ਬਚਪਨ ਤੋਂ ਬਜ਼ੁਰਗਾਂ ਨੇ ਪੜ੍ਹਾਈ ਸਮਝਾਈ ਤਾਂ ਉਹਦੇ 'ਚੋਂ ਸਮਝਣ ਦਾ ਯਤਨ ਕਰ ਰਿਹਾ। ਸੈਕਿੰਡ, ਮੁਖਤਲਿਫ ਕਿਸੇ ਦੇ ਨਾਲ ਵੀ ਨਹੀਂ ਹੈ, ਸਾਰੇ ਆਪਣੇ ਵੱਲੋਂ ਗੁਰਬਾਣੀ ਦੀ ਵਿਚਾਰ ਸਾਂਝ ਕਰਦੇ ਨੇ, ਸਭ ਦੀ ਇੰਟੈਂਟ ਇਹੀ ਹੋ ਹੈ, ਸਭ ਦਾ ਭਾਵ ਅੰਦਰੋਂ ਇਹੀ ਹੋ ਹੈ ਬਈ ਕਿਸੇ ਤਰ੍ਹਾਂ ਸੱਚ ਸਾਰਿਆਂ ਤੱਕ ਪਹੁੰਚੇ। ਅਸੀਂ ਵੀ ਉਸ ਤਰ੍ਹਾਂ ਹੀ ਕੋਸ਼ਿਸ਼ ਕਰ ਰਹੇ ਹਾਂ। ਕੀ ਬਾਤ ਹੈ, ਸੱਚਮੁੱਚ ਗੁਰੂ ਕੀ ਪਿਆਰੀ ਸਤਸੰਗ ਜੀ, ਅਕਸਰ ਵੇਖਣ ਨੂੰ ਮਿਲਦਾ ਹੈ ਕਿ ਜਦੋਂ ਗੁਰਬਾਣੀ ਦੇ ਸ਼ਬਦਾਂ ਦੇ ਅਰਥ ਕੀਤੇ ਜਾਂਦੇ ਨੇ, ਬੜੇ ਬਹੁਤ ਘੱਟ ਉਹ ਪਤਵੰਤੇ ਸੱਜਣ ਨੇ ਜਦੋਂ ਗੁਰਬਾਣੀ ਦੀ ਗੱਲ, ਗੁਰਬਾਣੀ ਦੇ ਹਰ ਸਵਾਲ ਦਾ ਜਵਾਬ ਗੁਰਬਾਣੀ ਦੀ ਪੰਕਤੀ ਰਹੀ ਦੇਣਾ ਚਾਹੁੰਦੇ ਨੇ। ਵੀ ਜੀ, ਤੁਸੀਂ ਗੱਲ ਕੀਤੀ ਸੀ ਕਿ ਸਾਡਾ ਪਰਿਵਾਰ ਇੱਕ ਸਾਡਾ ਕਾਫਲਾ ਹੈ ਤਾਂ ਲਿਵਿੰਗ ਟ੍ਰੇਜ਼ਰ, ਜਦੋਂ ਇੱਕ ਕਾਫਲਾ ਬਣ ਜਾਂਦਾ ਹੈ, ਇੱਕ ਪਰਿਵਾਰ ਬਣ ਜਾਂਦਾ ਹੁੰਦਾ, ਉਸ ਪਰਿਵਾਰ ਨੂੰ ਚਲਾਉਣ ਵਾਸਤੇ, ਉਸ ਪਰਿਵਾਰ ਵਿੱਚ ਵਾਧਾ ਕਰਨ ਵਾਸਤੇ, ਹਾਲਾਂਕਿ ਉਹ ਸਾਰੇ ਸਿੱਖ ਗੁਰੂ ਨਾਨਕ ਦੇ ਘਰ ਦੇ ਜਿੰਨੇ ਵੀ ਗੁਨਾਹ ਗੁਰੂ ਮੰਨਣ ਵਾਲੇ ਨੇ, ਭਾਵੇਂ ਦੁਨੀਆ 'ਚ ਬੈਠੇ ਕਿਸੇ ਵੀ ਕੋਨੇ 'ਚ ਬੈਠੇ ਨੇ, ਤੁਹਾਡੇ ਪਰਿਵਾਰ ਦਾ ਹਿੱਸਾ ਨੇ। ਜਦੋਂ ਇੱਕ ਸੰਸਥਾ ਦਾ ਨਿਰਮਾਣ ਕਰ ਲਿਆ ਜਾਂਦਾ, ਉਸ ਸੰਸਥਾ ਨੂੰ ਚਲਾਉਣ ਵਾਸਤੇ ਇੱਕ ਬੜੀ ਵੱਡੀ ਫੰਡਿੰਗ ਚਾਹੀਦੀ ਹੈ ਪਿੱਛੇ, ਤਾਂ ਜੋ ਸੰਸਥਾ ਦੇ ਕਾਰਜ ਅੱਗੇ ਕੀਤੇ ਜਾ ਸਕਣ। ਤੁਹਾਡੇ ਵੱਲੋਂ ਕੇਵਲ ਸ਼ਬਦ ਵਿਚਾਰ ਦੀ ਗੱਲ ਨਹੀਂ ਕੀਤੀ ਜਾਂਦੀ, ਤੁਹਾਡੇ ਵੱਲੋਂ ਸੈਮੀਨਾਰ ਵੀ ਕੀਤੇ ਜਾਂਦੇ ਨੇ, ਤੁਹਾਡੇ ਵੱਲੋਂ ਬਲੱਡ ਕੈਂਪ ਵੀ ਕੀਤੇ ਜਾਂਦੇ ਨੇ, ਲਗਾਏ ਜਾਂਦੇ ਨੇ, ਤੁਹਾਡੇ ਵੱਲੋਂ ਬਕਾਇਦਾ ਲਿਟਰੇਚਰ ਵੀ ਪ੍ਰੋਵਾਈਡ ਕੀਤਾ ਜਾਂਦਾ ਛਾਪ ਕੇ ਦਾ ਲਿਵਿੰਗ ਟ੍ਰੇਜ਼ਰ ਵੱਲੋਂ, ਇੰਨਾ ਹੀ ਤੁਹਾਡੇ ਵੱਲੋਂ ਲੋੜਵੰਦਾਂ ਦੀ ਮਦਦ ਵੀ ਕੀਤੀ ਜਾਂਦੀ ਹੈ। ਇਹ ਸਾਰੇ ਕਾਰਜਾਂ ਵਾਸਤੇ ਫੰਡਿੰਗ ਦਾ ਕੀ ਸਿਸਟਮ ਹੈ? ਜਿਸ ਤਰ੍ਹਾਂ ਕੱਲ੍ਹ ਸਾਡੀ ਪੁਸਤਕ ਲਾਂਚ ਹੋਈ ਹੈ, ਇਸ ਤਰੀਕੇ ਨਾਲ ਸਾਡੀ ਪੁਸਤਕ ਬਣਦੀ ਹੈ। ਹੁਣ ਪੁਸਤਕ ਜਦੋਂ ਬਣਨੀ ਹੈ, ਉਸ ਤੋਂ ਪਹਿਲਾਂ ਕੋਈ ਫੰਡ ਨਹੀਂ ਹੈ, ਕੇਵਲ ਤੁਹਾਡੇ ਪਰਿਵਾਰ ਦੇ ਜੀਆਂ ਦਾ ਦਸਵੰਧ ਹੀ ਸਾਰਾ ਇਕੱਠਾ ਹੁੰਦਾ, ਸਾਰੇ ਆਪੇ ਹੀ ਜਿਸ ਤਰ੍ਹਾਂ ਮੌਕਾ ਆਉਂਦਾ ਸਾਰੇ ਇਕੱਠੇ ਕਰਦੇ ਨੇ, ਕਰ ਲੈਂਦੇ ਹਾਂ। ਅਸੀਂ ਇਸ ਤਰ੍ਹਾਂ ਨਹੀਂ ਕੀਤਾ ਹੋਇਆ ਕਿ ਬਈ ਆਓ ਡੋਰ ਟੂ ਡੋਰ ਚੱਲੀਏ ਅਤੇ ਲੋਕਾਂ ਕੋਲੋਂ ਫੰਡ ਇਕੱਠੇ ਕਰੀਏ ਕਿ ਬਈ ਅਸੀਂ ਉਹਨੇ ਪ੍ਰੋਜੈਕਟ ਕਰਨਾ। ਲੋਕ ਆਪੇ ਉਸ ਨੂੰ ਸਮਝਦੇ ਨੇ ਇਹ ਇਨਸਾਨੀਅਤ ਦਾ ਕੰਮ ਹੈ ਅਤੇ ਆਓ ਰਲ ਕੇ ਕਰੀਏ। ਕੀ ਬਾਤ ਹੈ, ਕੋਈ ਫੰਡਿੰਗ ਦਾ ਤਰੀਕਾ ਨਹੀਂ। ਬਿਲਕੁਲ ਸੱਚਮੁੱਚ ਗੁਰੂ ਕੀ ਪਿਆਰੀ ਸਤਸੰਗ ਜੀ, ਮੈਂ ਹੋਰ ਛੋਟੀ ਜਿਹੀ ਬੇਨਤੀ ਕਰਨਾ ਚਾਹਾਂਗਾ। ਜਦੋਂ ਇਹੋ ਜਿਹੇ ਕਾਰਜਾਂ ਵੱਲ ਵੇਖਦੇ ਹਾਂ, ਇਹਨਾਂ ਸੰਸਥਾਵਾਂ ਦੇ ਕਾਰਜਾਂ ਵੱਲ ਨਿਗਾਹ ਮਾਰਦਿਆਂ ਤਾਂ ਸਾਡਾ ਸਿਰ ਝੁੱਕ ਜਾਂਦਾ ਹੈ। ਮੈਨੂੰ ਤਾਂ ਗੁਰਬਾਣੀ ਦੀ ਬੜੀ ਪਿਆਰੀ ਪੰਕਤੀ ਚੇਤੇ ਆਉਂਦੀ ਹੈ, ਅਕਲੀ ਸਾਹਿਬ ਸੇਵੀ ਹੈ, ਅਕਲੀ ਪਾਈਏ ਮਾਨ, ਅਕਲੀ ਪੜ੍ਹ ਕੇ ਬੁੱਝੀ ਹੈ, ਅਕਲੀ ਕੀਚੈ ਦਾਨ। ਅੱਜ ਇੱਕ ਨਹੀਂ ਅਨੇਕਾਂ ਗੁਰੂ ਕੇ ਪਿਆਰੇ ਨੇ ਜਿਹੜੇ ਦਸਵੰਧ ਰਾਹੀਂ ਦੂਜਿਆਂ ਦੀ ਮਦਦ ਕਰਦੇ ਨੇ, ਦੂਜਿਆਂ ਦਾ ਭਲਾ ਕਰਦੇ ਨੇ। ਕੁਝ ਇਹੋ ਜਿਹੇ ਵੀ ਨੇ ਜਿਹੜੇ ਚਾਹੁੰਦੇ ਨੇ ਸਾਡੇ ਕੋਲੋਂ ਦਸਵੰਧ ਉਸ ਥਾਂ 'ਤੇ ਲਾਇਆ ਜਾਵੇ ਜਿੱਥੇ ਸੱਚਮੁੱਚ ਦਸਵੰਧ ਦੀ ਲੋੜ ਹੈ। ਮੈਂ ਹੱਥ ਜੁੜ ਕੇ ਬੇਨਤੀ ਕਰਾਂਗਾ, ਥੋੜ੍ਹਾ ਜਿਹਾ ਦਾ ਲਿਵਿੰਗ ਟੇਅਰ ਜੀਵਨ ਜਾਂਚ ਦੀ ਜਿਹੜੀ ਸੰਸਥਾ ਇੰਨਾ ਵਡਮੁੱਲਾ ਕਾਰਜ ਕਰ ਰਹੀ ਹੈ, ਅਸੀਂ ਵੈਬਸਾਈਟ 'ਤੇ ਜਾਈਏ, ਫੇਸਬੁੱਕ 'ਤੇ ਜਾਈਏ, ਇਹਨਾਂ ਦੇ ਸਮੁੱਚੇ ਕਾਰਜ ਵੱਲ ਵੇਖੀਏ। ਸੱਚਮੁੱਚ ਇਹ ਕਾਰਜ ਇੱਕ ਪਰਿਵਾਰ ਦਾ ਨਹੀਂ, ਇਹ ਕਾਰਜ ਸਮੁੱਚੇ ਪੰਥ ਦਾ ਹੈ। ਅਸੀਂ ਸਾਥ ਦਈਏ, ਨਾਲ ਬਣਾਈਏ ਕਾਫਲਾ, ਪਰਿਵਾਰ ਨਾਲ ਜੁੜੀਏ, ਤਾਂ ਜੋ ਗੁਰਸ਼ਬਦ ਦੀ ਗੱਲ, ਗੁਰਸ਼ਬਦ ਵਿਚਾਰ ਦੀ ਗੱਲ ਦੁਨੀਆ ਵਿੱਚ ਹੋਰ ਫੈਲਾਅ ਹੋ ਸਕੇ। ਵੀ ਜੀ, ਮੈਂ ਫਿਰ ਤੁਹਾਡੇ ਪਰਿਵਾਰ ਵੱਲ ਆਵਾਂਗਾ ਲਿਵਿੰਗ ਟ੍ਰੇਜ਼ਰ ਵੱਲ। ਅਕਸਰ ਇਹ ਵੀ ਵੇਖਿਆ ਜਾਂਦਾ ਕਿ ਇਸ ਪਰਿਵਾਰ ਦੇ ਵਿੱਚ ਕੋਈ ਪ੍ਰੋਫੈਸ਼ਨਲ ਕਥਾਵਾਚਕ ਨਹੀਂ ਹੈ, ਹਰ ਕੋਈ ਬਿਜ਼ਨਸਮੈਨ ਹੈ, ਕੋਈ ਸਟੂਡੈਂਟ ਹੈ, ਕੋਈ ਸਰਵਿਸਮੈਨ ਹੈ, ਜੀ ਜਾਨ ਨਾਲ ਮਿਹਨਤ ਕਰ ਰਹੇ ਨੇ, ਸੇਵਾ ਕਰ ਰਹੇ ਨੇ। ਕਦੇ ਇੰਝ ਚਿੱਤ ਨਹੀਂ ਕੀਤਾ ਕਿ ਜਿਹੜੇ ਸਾਡੇ ਪਰਿਵਾਰ ਨਾਲ ਜੁੜੇ ਨੇ ਜਾਂ ਜਿਹੜੇ ਸਾਡੇ ਪਰਿਵਾਰ ਦਾ ਹਿੱਸਾ ਬਣ ਰਹੇ ਨੇ, ਉਹਨਾਂ ਦੀ ਇੱਕ ਸੋਚ ਹੈ ਕਿ ਇਹ ਸੰਸਥਾ ਇੱਥੇ 'ਤੇ ਜਾਣੀ ਚਾਹੀਦੀ ਹੈ, ਇੱਥੇ 'ਤੇ ਕਾਰਜ ਕਰਨੇ ਚਾਹੀਦੇ ਨੇ। ਹਾਲਾਂਕਿ ਹਰ ਦੇਸ਼ ਵਿੱਚ, ਹਰ ਵਿਦੇਸ਼ ਤੁਹਾਡੇ ਨਾਲ ਸਿੱਖ ਬੈਠੇ ਨੇ, ਤੁਹਾਡੇ ਪਰਿਵਾਰ ਦੇ ਜੀ ਬੈਠੇ ਨੇ। ਜਦੋਂ ਸ਼ੁਰੂ ਕੀਤੀ ਸੀ ਦਾ ਲਿਵਿੰਗ ਟੇਅਰ ਜਾਂ ਜੀਵਨ ਜਾਂ ਤੱਕ ਜਾਂਦਾ ਸ਼ੁਰੂ ਕੀਤਾ ਸੀ, ਪਹਿਲਾ ਸੈਮੀਨਾਰ ਸੀ, ਅਤੇ ਅੱਜ ਕਿੰਨੇ ਸੈਮੀਨਾਰ ਤੁਸੀਂ ਕਰ ਚੁੱਕੇ ਹੋ, ਕਿੰਨੇ ਸਮਾਗਮ ਕਰ ਚੁੱਕੇ ਹੋ, ਕਿੱਥੇ ਖੜਿਆ ਵੇਖਦੇ ਹੋ ਆਪਣੇ ਪਰਿਵਾਰ ਨੂੰ? ਦੇਖੋ, ਜੋ ਤਰੀਕੇ ਦੇ ਨਾਲ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਸੀ, ਉਹਦੇ ਵਿੱਚ ਸਾਨੂੰ ਡੇ ਬਾਈ ਡੇ ਤਰੱਕੀ ਮਿਲੀ ਹੈ, ਚੜ੍ਹਦੀ ਕਲਾ ਮਿਲੀ ਹੈ, ਕਿਉਂਕਿ
ਸੰਗਤਾਂ ਨੇ ਉਸ ਨੂੰ ਪਸੰਦ ਕੀਤਾ। ਬਿਲਕੁਲ। ਔਰ ਕਰਨ ਵੇਲੇ ਕੋਈ ਸ਼ਰਤ ਨਹੀਂ ਰੱਖੀ ਗਈ ਕਿ ਲਿਵਿੰਗ ਟ੍ਰੈਜਰ ਇਤਨੇ ਪੈਸੇ ਤੁਹਾਨੂੰ ਚਾਰਜ ਕਰੇਗਾ। ਬੁਲਾਰਾ ਕੋਈ ਵੀ ਚਾਰਜ ਨਹੀਂ ਕਰਦਾ ਜੀ, ਹੈ ਨਾ। ਸੋ ਉਹਦੇ ਵਾਸਤੇ ਜਿਸ ਤਰੀਕੇ ਨਾਲ ਸ਼ੁਰੂ ਕੀਤਾ ਗਿਆ ਉਸ ਤਰੀਕੇ ਦੇ ਨਾਲ ਤਾਂ ਅਸੀਂ ਅੱਗੇ ਹੀ ਵੱਧਦੇ ਗਏ ਹਾਂ। ਤੁਸੀਂ ਕਹਿ ਰਹੇ ਹੋ ਨਾ ਅੱਜ ਕਿੱਥੇ ਖੜ੍ਹਾ, ਤਾਂ ਅੱਜ ਅਸੀਂ ਪਹਿਲੇ ਨਾਲੋਂ ਬਿਹਤਰ ਪੋਜੀਸ਼ਨ 'ਤੇ ਹਾਂ ਕਿ ਬਈ ਪਹਿਲਾਂ ਵੀ ਸ਼ਰਤ ਨਹੀਂ ਰੱਖੀ ਸੀ, ਹੁਣ ਵੀ ਨਹੀਂ ਰੱਖੀ ਹੈ। ਜੇ ਕਿਧਰੇ ਪ੍ਰੋਗਰਾਮ ਹੁੰਦਾ ਹੈ, ਗੁਰਦੁਆਰੇ ਵਾਲੇ ਆਪ ਹੀ ਲਿਵਿੰਗ ਟ੍ਰੈਜਰ ਨੂੰ ਪੁੱਛਦੇ ਨੇ ਕਿ ਲਿਵਿੰਗ ਟ੍ਰੈਜਰ ਦੇ ਵਿੱਚ ਜਦੋਂ ਬੁਲਾਰਾ ਆ ਕੇ ਬੋਲਦਾ ਹੈ, ਕਿੰਨੇ ਸਾਰੇ ਬੁਲਾਰੇ ਨੇ ਆਲ ਓਵਰ ਦਾ ਵਰਲਡ ਲਿਵਿੰਗ ਟ੍ਰੈਜਰ ਦੇ, ਤਾਂ ਕੋਈ ਵੀ ਮਾਇਆ ਚਾਰਜ ਨਹੀਂ ਕਰਦਾ। ਤਾਂ ਉਹ ਪੁੱਛਦੇ ਨੇ ਕਿ ਤੁਹਾਡੇ ਫਿਰ ਸਿਸਟਮ ਚੱਲਦੇ ਨੇ, ਟੀ ਵੀ 'ਤੇ ਪ੍ਰੋਗਰਾਮ ਦਿੰਦੇ ਹੋ, ਟੀ ਵੀ ਦੇ ਖਰਚੇ ਆਉਂਦੇ ਨੇ, ਔਰ ਤੁਸੀਂ ਕਿੰਨੀ ਚੈਰਿਟੀਜ਼ ਕਰਦੇ ਹੋ, ਤੁਹਾਡੇ ਲਿਵਿੰਗ ਟ੍ਰੈਜਰ ਆਫਿਸ ਦੇ ਕਿੰਨੇ ਖਰਚੇ ਨੇ, ਐਡੀਟਿੰਗ ਤੋਂ ਲੈ ਕੇ ਆਫਿਸ ਦੇ ਅੰਦਰ ਕੰਪਿਊਟਰ ਤੋਂ ਲੈ ਕੇ, ਤਾਂ ਉਹ ਸੰਗਤਾਂ ਆਪੇ ਹੀ ਕੰਟਰੀਬਿਊਟ ਕਰਦੀਆਂ ਰਹਿੰਦੀਆਂ ਅਤੇ ਉਹ ਚੱਲਦਾ ਰਹਿੰਦਾ। ਗੁਰਦੁਆਰੇ ਵਾਲੇ ਪੁੱਛਦੇ ਨੇ ਕਿੰਨਾ ਤੁਹਾਨੂੰ ਦੇਈਏ, ਉਹ ਆਪੇ ਉਹਨਾਂ ਨੂੰ ਲਿਵਿੰਗ ਟ੍ਰੈਜਰ ਆਫਿਸ ਵਾਲੇ ਕਹਿੰਦੇ ਅਸੀਂ ਤੁਹਾਡਾ ਡੇਟ ਔਰ ਪ੍ਰੋਗਰਾਮ ਬੁੱਕ ਕਰ ਲਿਆ, ਬਾਕੀ ਤੁਹਾਡੀ ਮਰਜ਼ੀ ਹੈ, ਤੁਸੀਂ ਜਾਣਦੇ ਹੀ ਹੋ ਕਿ ਲਿਵਿੰਗ ਟ੍ਰੈਜਰ ਕੀ ਕਰ ਰਹੇ ਹੋ, ਆਪੇ ਕੰਟਰੀਬਿਊਟ ਕਰਦੇ ਨੇ ਬਸ। ਅਕਸਰ ਇਹ ਵੇਖਿਆ ਜਾਂਦਾ ਕਿ ਜਦੋਂ ਕੋਈ ਸੰਸਥਾ ਕਾਰਜ ਕਰਦੀ ਹੈ ਅਤੇ ਉਹਨੂੰ ਕਾਲ ਆਉਂਦੀ ਹੈ ਸਿੱਖ ਪੰਥ ਦੀ ਸੁਪਰੀਮ ਸੰਸਥਾ ਦੀ, ਤੁਸੀਂ ਸੋਹਣਾ ਕਾਰਜ ਕਰ ਰਹੇ ਹੋ, ਵਡਮੁੱਲਾ ਕਾਰਜ ਕਰ ਰਹੇ ਹੋ, ਸ਼ਬਦ ਵਿਚਾਰ ਦੀ ਗੱਲ ਕਰ ਰਹੇ ਹੋ, ਸਾਡੇ ਕਿਸੇ ਤਰ੍ਹਾਂ ਦੀ ਮਦਦ ਹੋਵੇ ਤਾਂ ਤੁਹਾਨੂੰ ਸਾਨੂੰ ਦੱਸੋ ਕੀ ਤੁਹਾਡੇ ਨਾਲ ਕੋਈ ਇਸ ਤਰ੍ਹਾਂ ਹੋਇਆ ਕਿਸੇ ਸੰਸਥਾ ਨੇ ਕਿਸੇ ਨੁਮਾਇੰਦੇ ਨੇ ਤੁਹਾਨੂੰ ਕਾਲ ਕੀਤੀ, ਤੁਸੀਂ ਸ਼ਬਦ ਵਿਚਾਰ ਦੀ ਗੱਲ ਦੁਨੀਆ ਦੇ ਹਰ ਕੋਨੇ 'ਚ ਕਰ ਰਹੇ ਹੋ, ਤੁਹਾਨੂੰ ਕਿਸ ਤਰ੍ਹਾਂ ਦੀ ਮਦਦ ਚਾਹੀਦੀ, ਅਸੀਂ ਤੁਹਾਡੇ ਨਾਲ ਖੜ੍ਹੇ ਹਾਂ। ਨਹੀਂ, ਸੰਗਤਾਂ ਆਪੇ ਹੀ ਸਾਂਝ ਕਰ ਲੈਂਦੀਆਂ ਨੇ, ਸਾਨੂੰ ਇਸ ਤਰੀਕੇ ਦਾ ਕੋਈ ਕਾਲ ਕਰਕੇ ਕੋਈ ਐਸਾ ਕੋਈ ਖਾਸ ਇੰਡਸਟਰੀਸਟ ਹੋਵੇ ਜਾਂ ਕੋਈ ਖਾਸ ਇਨਵੈਸਟਰ ਹੋਵੇ ਜਿਹੜਾ ਆਪਣੇ ਵੱਲੋਂ ਸੱਚ ਵਾਸਤੇ ਇਸ ਤਰ੍ਹਾਂ ਲਗਾ ਦੇ, ਇਸ ਤਰੀਕੇ ਦੇ ਨਾਲ ਕੋਈ ਵੀ ਨਹੀਂ ਆਈ ਕਾਲ। ਅਕਸਰ ਸਾਰਾ ਖਰਚਾ ਜੇ ਚੱਲ ਰਿਹਾ ਤਾਂ ਬਗੈਰ ਕਾਲ ਤੋਂ ਹੀ ਆਪੇ ਹੀ ਸਹਿਜ ਸੁਭਾਏ ਕਰੀ ਜਾਂਦੇ ਨੇ। ਕੀ ਬਾਤ ਹੈ, ਸੱਚਮੁੱਚ ਗੁਰੂ ਸਾਹਿਬ ਕਿਰਪਾ ਕਰਨ, ਇਹ ਕਾਰਜ ਇਸੇ ਤਰ੍ਹਾਂ ਨਿਰੰਤਰ ਚੱਲਦੇ ਰਹਿਣ। ਅਕਸਰ ਵਿੱਚ ਇਹ ਵੀ ਵੇਖਿਆ ਜਾਂਦਾ ਕਿ ਤੁਹਾਡੇ ਵੱਲੋਂ ਜਿਹੜੇ ਸੈਮੀਨਾਰ ਕੀਤੇ ਜਾਂਦੇ ਨੇ ਥੋੜ੍ਹਾ ਜਿਹਾ ਗੁਰਦੁਆਰਾ ਸ਼੍ਰੇਣੀ ਤੋਂ, ਥੋੜ੍ਹਾ ਜਿਹਾ ਗੁਰਦੁਆਰੇ ਮੈਨੇਜਮੈਂਟ ਸਿਸਟਮ ਤੋਂ ਹਟ ਕੇ ਨੇ। ਤੁਸੀਂ ਗਲਵੱਕੜੀ ਪਾਉਣ ਦੀ ਗੱਲ ਕਰਦੇ ਹੋ, ਆਪ ਸਟੇਜ 'ਤੇ ਬੈਠ ਕੇ ਲੈਕਚਰ ਕੀਤਾ ਅਤੇ ਨਾਲ ਹੀ ਸਵਾਲ ਜਵਾਬ ਦਾ ਡਿਸਕਸ਼ਨ ਸ਼ੁਰੂ ਕਰ ਦਿੰਦੇ ਹੋ, ਕਿਉਂਕਿ ਜਦੋਂ ਪ੍ਰਚਾਰਕ ਸਟੇਜ 'ਤੇ ਬੈਠਦਾ ਕੇਵਲ ਆਪਣੀ ਸੁਣਾ ਕੇ ਜਾਂਦਾ, ਆਪਣੀ ਗੱਲ ਕਰਕੇ ਜਾਂਦਾ, ਸੰਗਤਾਂ ਦੇ ਇੱਕ ਨੇ ਅਨੇਕਾਂ ਸਵਾਲ ਨੂੰ ਨਹੀਂ ਪੁੱਛ ਸਕਦੇ ਹੈਗੇ। ਇਹ ਜ਼ਹਿਨ 'ਚ ਕਿਵੇਂ ਆਇਆ ਕਿ ਸੰਗਤਾਂ ਨੂੰ ਅਸੀਂ ਸਿੱਧ ਗੋਸ਼ਟ ਵਾਲਾ ਫਾਰਮੂਲਾ ਦੇਣਾ, ਗਲਵੱਕੜੀ ਵਾਲਾ ਫਾਰਮੂਲਾ ਦੇਣਾ? ਤੁਸੀਂ ਸਿੱਧ ਗੋਸ਼ਟ ਉਹਦੇ 'ਤੇ ਕੋਟ ਨਾ ਕਰੋ। ਅਸੀਂ ਤਾਂ ਆਪਣੇ ਵੱਲੋਂ ਸਿਰਫ ਇਹ ਸੋਚਿਆ ਕਿ ਜਦੋਂ ਅਸੀਂ ਬੋਲਦੇ ਹਾਂ ਅਤੇ ਖਾਸ ਤੌਰ 'ਤੇ ਮੈਂ ਆਪਣੀ ਜਗ੍ਹਾ ਸਮਝਦਾ ਕਿ ਬਈ ਮੈਂ ਜ਼ਿਆਦਾ ਪੜ੍ਹਿਆ ਲਿਖਿਆ ਸਿਆਣਾ ਸੂਝਵਾਨ ਬੁਲਾਰਾ ਨਹੀਂ ਹਾਂ, ਇਸ ਕਰਕੇ ਮੇਰੇ ਕੋਲ ਬਹੁਤ ਹਾਈ ਫਾਈ ਰਿਚ ਵੋਕੈਬਲਰੀ ਨਹੀਂ ਹੈ, ਇੰਗਲਿਸ਼ ਵੀ ਮੈਨੂੰ ਢੰਗ ਦੀ ਨਹੀਂ ਆਉਂਦੀ, ਹਿੰਦੀ ਵੀ ਢੰਗ ਦੀ ਨਹੀਂ ਆਉਂਦੀ, ਪੰਜਾਬੀ ਵੀ ਢੰਗ ਦੀ ਨਹੀਂ ਆਉਂਦੀ, ਤਾਂ ਆਪਣੇ ਵੱਲੋਂ ਸਾਦਾ ਲੈਂਗੁਏਜ 'ਚ ਬੋਲਣ ਦਾ ਯਤਨ ਕਰਦੇ ਹਾਂ, ਪਰ ਇਹ ਮਹਿਸੂਸ ਕਰਦੇ ਹਾਂ ਕਿ ਮੈਂ ਬੋਲਣ 'ਚ ਪਰਫੈਕਟ ਨਹੀਂ ਹਾਂ, ਤਾਂ ਸੁਣਨ ਵਾਲੇ ਨੂੰ ਕਿਧਰੇ ਕੋਈ ਗਲਤ ਫਹਿਮੀ ਵੀ ਹੋ ਸਕਦੀ ਹੈ, ਸੁਣਨ ਵਾਲੇ ਦੇ ਅੰਦਰ ਕੋਈ ਕਨਫਿਊਜ਼ਨ ਵੀ ਪੈਦਾ ਹੋ ਸਕਦਾ ਹੈ। ਤਾਂ ਸਾਧ ਸੰਗਤ ਜੀ, ਇਹ ਵਨ ਵੇ ਟ੍ਰੈਫਿਕ ਨਹੀਂ ਹੈ, ਤੁਸੀਂ ਹੁਣੇ ਤਾਜ਼ਾ ਗੱਲ ਪੇਸ਼ ਹੋਈ ਹੈ ਅਤੇ ਤੁਸੀਂ ਇਸ ਟੋਪਿਕ ਦੇ ਰਿਲੇਟਿਡ ਆਪਣਾ ਸਵਾਲ ਰੱਖ ਸਕਦੇ ਹੋ। ਜੇ ਅਸੀਂ ਕੋਸ਼ਿਸ਼ ਕਰਾਂਗੇ ਆਨਸਰ ਤੁਹਾਨੂੰ ਕਨਵਿੰਸਿੰਗ ਲੱਗੇ ਤਾਂ ਲੈ ਲੈਣਾ, ਨਾ ਲੱਗੇ ਤਾਂ ਸਾਨੂੰ ਮਾਫ਼ ਹੀ ਕਰ ਦੇਣਾ, ਕਿਉਂਕਿ ਅਸੀਂ ਫਾਈਨਲ ਅਤੇ ਕਲੇਮ ਕਹਿ ਰਹੇ ਜੋ ਮੈਂ ਕਹਿ ਰਿਹਾ ਸੱਚ ਹੈ। ਹਾਂ, ਇਹ ਨਹੀਂ ਕਹਿ ਰਿਹਾ। ਵਿਜੇ ਅਕਸਰ ਇਹ ਵੇਖਿਆ ਜਾਂਦਾ ਕਿ ਜਦੋਂ ਤੁਹਾਡੇ ਵੱਲ ਸੈਮੀਨਾਰ ਕੀਤੇ ਜਾਂਦੇ ਨੇ ਲਿਵਿੰਗ ਟ੍ਰੈਜਰ ਵੱਲੋਂ,
ਖਾਸ ਕਰਕੇ ਕਾਲਜਾਂ ਦੇ ਸਟੂਡੈਂਟ ਭਾਵੇਂ ਕਿਸੇ ਵੀ ਰਿਲੀਜ਼ਨ ਦੇ ਹੋ, ਕਿਸੇ ਵੀ ਕਮਿਊਨਿਟੀ ਦੇ ਹੋਣ, ਤੁਹਾਨੂੰ ਆ ਕੇ ਇੱਕ ਨਹੀਂ ਅਨੇਕਾਂ ਸਵਾਲ ਕਰਦੇ ਨੇ। ਉਹ ਸਵਾਲ ਸਾਰੇ ਲਾਈਫ ਨਾਲ ਸੰਬੰਧਿਤ ਹੁੰਦੇ ਨੇ। ਤੁਸੀਂ ਹਮੇਸ਼ਾ ਜਵਾਬ ਗੁਰਬਾਣੀ ਦੇ ਵਿੱਚੋਂ ਦਿੰਦੇ ਹੋ, ਹਮੇਸ਼ਾ ਜਵਾਬ ਗੁਰੂ ਗ੍ਰੰਥ ਸਾਹਿਬ ਦੇ ਅਲਾਈ ਸੰਦੇਸ਼ ਵਿੱਚੋਂ ਦਿੰਦੇ ਹੋ। ਅਦਰ ਰਿਲੀਜ਼ਨ ਵਾਲਿਆਂ ਨੇ ਸਵਾਲ ਨਹੀਂ ਕੀਤਾ ਤੁਹਾਨੂੰ ਕਿ ਸੱਚਮੁੱਚ ਇਹ ਤਾਂ ਕੇਵਲ ਪੜ੍ਹਨ ਤੱਕ ਸੀਮਤ ਨਹੀਂ, ਇਹ ਤਾਂ ਜੀਵਨ ਜਾਂਚ ਦਾ ਖਜ਼ਾਨਾ ਹੈ। ਜੇਕਰ ਇਹਨੂੰ ਅਪਣਾਇਆ ਹੁੰਦਾ ਸ਼ਾਇਦ ਸਾਡੀ ਲਾਈਫ ਕੁਝ ਹੋਰ ਹੁੰਦੀ। ਇਹਦੇ ਸਵਾਲ ਕੀ ਹੋਇਆ? ਅਕਸਰ ਦੂਸਰੇ ਰਿਲੀਜ਼ਨ ਵਾਲੇ, ਦੂਸਰੇ ਕਮਿਊਨਿਟੀ ਵਾਲੇ ਸਵਾਲ ਕਰਦੇ ਨੇ, ਤੁਸੀਂ ਹਰ ਗੱਲ ਦਾ ਜਵਾਬ ਸਾਨੂੰ ਗੁਰਬਾਣੀ ਦੇ ਵਿੱਚੋਂ ਦਿੰਦੇ ਹੋ। ਕੀ ਸਾਡੇ ਰਿਲੀਜ਼ਨ ਵੀ ਇਸ ਤਰ੍ਹਾਂ ਦਾ ਕੋਈ ਜਵਾਬ ਨਹੀਂ? ਕਿ ਸਾਡੇ ਰਿਲੀਜ਼ਨ, ਕੀ ਸਾਡੇ ਸੋਰਸਿਸ ਸਾਨੂੰ ਜੀਵਨ ਜਾਂਚ ਬਾਰੇ ਗੱਲ ਨਹੀਂ ਕਰਦੇ? ਨਹੀਂ, ਬਲਕਿ ਉਹ ਇਹ ਸਾਂਝ ਕਰਕੇ ਜਾਂਦੇ ਨੇ ਕਿ ਹਮਾਰੇ ਧਰਮ ਮੇਂ ਵੀ ਐਸੇ ਪੜ੍ਹਾਇਆ ਗਿਆ। ਮੈਂ ਕਿਹਾ ਵੈਰੀ ਗੁੱਡ, ਸ਼ੁਕਰ ਹੈ, ਇਹੀ ਤਾਂ ਗੁਰਬਾਣੀ ਸਤਿਗੁਰ ਸਿਖਾਉਂਦੀ ਹੈ। ਸਤਿਗੁਰ ਮੀਨਸ ਯੂਨੀਵਰਸਲ ਟਰੁੱਥ, ਜਿਹੜੀ ਸਾਰਿਆਂ 'ਤੇ ਅਪਲਾਈ ਹੋ ਸਕੇ, ਔਰ ਉਹ ਉਪਦੇਸ਼ 'ਚੋਂ ਵਰਨਾ ਕੋ ਸਾਂਝਾ ਮੈਸੇਜ ਸੇਮ ਫੋਰ ਆਲ ਹੈ ਨਾ। ਇਹ ਤਾਂ ਨਹੀਂ ਕਿਸੇ ਖਾਸ ਮਨੁੱਖ ਵਾਸਤੇ, ਕਿਸੇ ਖਾਸ ਬਖਸ਼ਿਸ਼ ਵਾਲੇ 'ਤੇ, ਕੋਈ ਕਿਸੇ ਖਾਸ ਡੇਰੇ ਵਾਲੇ 'ਤੇ ਹੀ ਬਖਸ਼ਿਸ਼ ਹੋਣੀ ਆ, ਸਾਰਿਆਂ 'ਤੇ ਐਪਲੀਕੇਬਲ ਹੈ। ਹਰ ਕੋਈ ਸੁਣ ਕੇ ਆਪਣੇ 'ਤੇ ਉਹਨਾਂ ਨੇ ਟੁਕਾ ਕੇ ਅਪਲਾਈ ਕਰ ਸਕਦਾ, ਬਲਕਿ ਦੂਜੇ ਵਾਲੇ ਇਸ ਨੂੰ ਐਪਰੀਸ਼ੀਏਟ ਕਰਦੇ ਨੇ। ਪਰ ਮੈਨੂੰ ਇਹ ਥੋੜ੍ਹਾ ਜਿਹਾ ਆਪਣੇ ਆਪ ਵਿੱਚ ਮਹਿਸੂਸ ਹੋ ਰਿਹਾ ਕਿ ਮੈਂ ਇਹ ਦੂਜੇ ਵਾਲੇ ਵੀ ਕਿਉਂ ਕਹਿ ਰਿਹਾ। ਮੈਨੂੰ ਐਂ ਲੱਗਦਾ ਵੀ ਜਦੋਂ ਅਵਲ ਅੱਲਾ ਨੂਰ ਪਾਇਆ, ਕੁਦਰਤ ਕੇ ਸਭ ਬੰਦੇ ਆ ਅਤੇ ਕੋਈ ਦੂਜੇ ਨਹੀਂ ਹੈ, ਸਭ ਇੱਕੋ ਧਰਮ ਦ੍ਰਿੜਾ ਸੱਚ ਕੋਈ, ਸਾਰੀ ਦੁਨੀਆ 'ਚ ਇੱਕੋ ਹੀ ਧਰਮ ਹੈ, ਉਹ ਸੱਚ ਦਾ, ਉਹ ਖਰਾ, ਇਨਸਾਨੀਅਤ ਤੌਰ 'ਤੇ ਉਹਨਾਂ ਦੇ ਹਿਰਦੇ ਨੂੰ ਟੱਚ ਕਰ ਜਾਂਦਾ ਅਤੇ ਉਹ ਕਹਿੰਦੇ ਨੇ ਹਮਾਰੇ ਧਰਮ ਮੈਂ ਵੀ ਐਸੇ ਲਿਖਿਆ। ਓਕੇ ਫਾਈਨ, ਕਿਆ ਬਾਤ ਹੈ, ਬਹੁਤ ਖੂਬ। ਸੱਚਮੁੱਚ ਗੁਰੂ ਕੀ ਪਿਆਰੀ ਸਾਧ ਸੰਗਤ ਜੀ, ਇਹ ਤਾਂ ਹੋਈ ਉਹਨਾਂ ਸੈਮੀਨਾਰਾਂ ਦੀ ਗੱਲ, ਉਸ ਪਰਿਵਾਰ ਦੀ ਗੱਲ, ਉਸ ਕਾਫਲੇ ਦੀ ਗੱਲ, ਵਿੱਚ ਗੱਲਾਂ ਹੋਰ ਵੀ ਨੇ ਬਹੁਤ ਸਾਰੀਆਂ ਕਰਨ ਵਾਲੀਆਂ। ਖਾਸ ਕਰਕੇ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਦੀ ਗੱਲ ਆਉਂਦੀ ਹੈ, ਕਿਹਾ ਜਾਂਦਾ ਹੈ ਸਿੱਖ ਦੇ ਜੀਵਨ ਵਿੱਚ ਗੁਰਬਾਣੀ ਵਿਚਾਰ ਦੀ ਬੜੀ ਵੱਡੀ ਮਹੱਤਤਾ ਹੈ। ਇੱਕ ਨਹੀਂ ਅਨੇਕਾਂ ਪ੍ਰਮਾਣ ਵੀ ਨੇ, ਗਾਵਿਆ ਸੁਣਿਆ ਤਿੰਨ ਘਰ ਥਾਏ ਪਾਵੇ, ਜਿਵੇਂ ਸਤਿਗੁਰ ਕੀ ਆਗਿਆ ਸੱਤ ਸੱਤ ਕਰਮਾਣੀ, ਅਨੇਕਾਂ ਪ੍ਰਮਾਣ ਨੇ। ਅਸੀਂ ਕੱਲ੍ਹ ਪੜ੍ਹਨ ਤੱਕ ਸੀਮਤ ਨਾ ਰਹੀਏ, ਸੁਣਨ ਤੱਕ ਸੀਮਤ ਨਾ ਰਹੀਏ। ਮੈਂ ਤਾਂ ਬਜ਼ੁਰਗਾਂ ਤੋਂ ਇਹ ਵੀ ਸੁਣਿਆ ਕਿ ਜਦੋਂ ਵੀ ਗੁਰਬਾਣੀ ਪੜ੍ਹੋ, ਉਂਗਲ ਲਾ ਕੇ ਪੜ੍ਹੋ, ਅਤੇ ਗੁਰਬਾਣੀ ਜੋ ਪੜ੍ਹੀ ਜਾਂਦੀ ਉਹਨੂੰ ਸ਼ਬਦ ਵਿਚਾਰ ਦੇ ਰਾਹੀਂ ਆਪਣੇ ਜ਼ਹਿਨ ਦਾ ਹਿੱਸਾ ਵੀ ਬਣਾਓ। ਅੱਜ ਮੈਂ ਤੁਹਾਡੇ ਤੋਂ ਮਾਫ਼ੀ ਚਾਹੁੰਦਾ, ਸਾਨੂੰ ਸਮੇਂ ਦੀਆਂ ਘੜੀਆਂ ਇਜਾਜ਼ਤ ਨਹੀਂ ਦਿੰਦੀਆਂ, ਪਰੰਤੂ ਅਗਲੇ ਐਪੀਸੋਡ 'ਚ ਅਸੀਂ ਗੱਲ ਕਰਾਂਗੇ ਸਿੱਖ ਦੇ ਜੀਵਨ ਦੇ ਵਿੱਚ, ਮਨੁੱਖ ਦੇ ਜੀਵਨ ਵਿੱਚ ਗੁਰਬਾਣੀ ਸ਼ਬਦ ਦੇ ਵਿਚਾਰ ਦੀ ਕੀ ਮਹੱਤਤਾ ਹੈ, ਕਿਵੇਂ ਗੁਰਬਾਣੀ ਸ਼ਬਦ ਵਿਚਾਰ ਨੂੰ ਆਪਣੇ ਜ਼ਹਿਨ ਦਾ ਹਿੱਸਾ ਬਣਾਵੇ, ਕਿਵੇਂ ਮਨੁੱਖ ਜ਼ਿੰਦਗੀ ਬਤੀਤ ਕਰਨ ਵਾਲਾ, ਜਿੱਥੇ ਹਰ ਧਰਮ ਦੀ ਵਿੱਦਿਆ ਗ੍ਰਹਿਣ ਕਰਦਾ, ਹਰ ਗੁਣ ਸਿੱਖਦਾ, ਉਹ ਗੁਰਬਾਣੀ ਸ਼ਬਦ ਵਿਚਾਰ ਨੂੰ ਕਿਵੇਂ ਆਪਣੇ ਜੀਵਨ ਦਾ ਅੰਗੀਕਾਰ ਕਰੇ, ਇਹ ਆਪਾਂ ਅਗਲੇ ਐਪੀਸੋਡ 'ਚ ਕਰਾਂਗੇ। ਸੋ ਗੁਰੂ ਕੀ ਪਿਆਰੀ ਸਤਸੰਗ ਜੀ, ਮੈਨੂੰ ਤਾਂ ਆ ਗਿਆ, ਅੱਜ ਸਮੇਂ ਦੀਆਂ ਘੜੀਆਂ ਇੱਥੇ ਸਮਾਪਤ ਹੁੰਦੀਆਂ ਨੇ, ਪਰੰਤੂ ਵਾਅਦਾ ਕਰਦੇ ਹਾਂ ਕੱਲ੍ਹ ਵਾਲੇ ਅਗਲੇ ਐਪੀਸੋਡ 'ਚ ਅਸੀਂ ਗੱਲ ਕਰਾਂਗੇ ਗੁਰਬਾਣੀ ਸ਼ਬਦ ਵਿਚਾਰ ਦੀ। ਗੁਰਬਾਣੀ ਵਿਚਾਰ ਸਿੱਖ ਦੀ ਜ਼ਿੰਦਗੀ ਵਿੱਚ ਨਹੀਂ, ਸਗੋਂ ਮਨੁੱਖ ਦੀ ਜ਼ਿੰਦਗੀ ਵਿੱਚ ਕਿੰਨੀ ਕੁ ਥਾਂ ਰੱਖਦੇ ਨੇ, ਕੀ ਅਹਿਮੀਅਤ ਰੱਖਦੇ ਨੇ ਅਤੇ ਕਿੰਨੀ ਜ਼ਰੂਰਤ ਹੈ ਮਨੁੱਖ ਦੇ ਹਿਰਦੇ ਵਿੱਚ ਗੁਰਬਾਣੀ ਸ਼ਬਦ ਵਿਚਾਰ ਦੀ। ਸੋ ਪ੍ਰੋਗਰਾਮ ਸਾਂਝ ਵਿਚਾਰਾਂ ਦੀ ਅੱਜ ਇੱਥੇ ਸਮਾਪਤ ਹੁੰਦਾ ਹੈ। ਆਪ ਸਮੂਹ ਸੰਗਤਾਂ ਦਾ ਵੀ ਬਹੁਤ ਬਹੁਤ ਧੰਨਵਾਦ, ਤੁਹਾਡਾ ਵੀ ਧੰਨਵਾਦ ਜੀ। ਵਾਹਿਗੁਰੂ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ, ਵਾਹਿਗੁਰੂ ਜੀ ਕੀ ਫਤਿਹ।